ਇਹ ਜੇ ਪ੍ਰੋਜੈਕਟ ਜਿਹੜੇ ਹਨ ਹੁਣ ਉਹ ਭਵਿੱਖ ਦੇ ਵਿੱਚ ਉਹ ਜਿਹੜਾ ਇੰਨੀ ਇੰਨੀ ਦੇਰ ਤੋਂ ਲਟਕੇ ਪਏ ਸੀਗੇ, ਸਾਲਾਂ ਤੋਂ ਕੰਮ ਜਿਹੜੇ ਲਟਕੇ ਪਏ ਸੀਗੇ, ਤੇ ਉਹ ਸਾਰੇ ਪੂਰੇ ਹੋਣਗੇ। ਸਾਡਾ ਫਲਾਈਓਵਰ ਦਾ ਪ੍ਰੋਜੈਕਟ ਹੈ ਜਿਹੜਾ ਬੱਸ ਸਟੈਂਡ ਤੋਂ ਉੱਥੇ ਆਪਣਾ ਚੌਂਕ ਤੋਂ ਉੱਪਰ ਤੋਂ ਬਣ ਕੇ ਜਿਹੜਾ ਸੰਗਰੂਰ ਤੋਂ ਜਿਹੜਾ ਸਾਡਾ ਆਉਂਦਾ ਬਾਈਪਾਸ, ਉਹਦੇ ਨਾਲ ਵਿੱਚ ਮਰਜ ਹੋਣਾ ਤੇ ਉਹਨੇ ਚੌੜੇ ਹੋਣਾ, ਉਹ ਵੀ 597 ਕਰੋੜ ਦਾ ਪ੍ਰੋਜੈਕਟ ਹੈ। ਅਸੀਂ ਚਾਹੁੰਦੇ ਹਾਂ ਕਿ ਜੇ ਮਹਾਰਾਣੀ ਪਰਨੀਤ ਕੌਰ ਜੀ ਨੂੰ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ, ਇਹ ਹਰੇਕ ਪਟਿਆਲਵੀ ਦਾ, ਹਰੇਕ ਪੰਜਾਬੀ ਦਾ ਸੁਪਨਾ ਹੈ ਕਿ ਪੰਜਾਬ ਨੂੰ ਵੀ ਜਿਹੜਾ ਮਾਨ ਸਨਮਾਨ ਮਿਲਣਾ ਚਾਹੀਦਾ, ਮਹਾਰਾਣੀ ਸਾਹਿਬ ਨੂੰ ਮਿਲਣਾ ਚਾਹੀਦਾ। ਭਗਵੇਂ ਰੰਗ ਦੇ ਵਿੱਚ ਰੰਗਿਆ ਹੋਇਆ ਹੈ ਹੁਣ ਪੂਰਾ ਪਟਿਆਲਾ। ਗੱਲਬਾਤ ਕਰਦੇ ਹਾਂ ਸਾਡੇ ਨਾਲ ਸੰਜੀਵ ਸ਼ਰਮਾ, ਬਿਕਟੂ ਮੇਅਰ ਜੀ ਪਟਿਆਲਾ ਤੋਂ ਜਿਹੜੇ ਨੇ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਦੱਸੋ ਮੇਅਰ ਸਾਹਿਬ, ਕਿਵੇਂ ਦਾ ਮਾਹੌਲ ਹੈ ਅੱਜ ਪਟਿਆਲੇ ਦਾ? ਬਹੁਤ ਵਧੀਆ ਮਾਹੌਲ ਹੈ, ਜਿਹੜੇ ਹਰ ਪੰਜਾਬੀ ਜਿਹੜਾ ਹੈਗਾ ਇਸ ਚੀਜ਼ ਦੀ ਆਸ ਕਰਦਾ ਹੈ ਕਿ ਭਵਿੱਖ ਦੇ ਵਿੱਚ ਅਸੀਂ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜੀਏ। ਪੰਜਾਬ ਦਾ ਜਿਹੜਾ ਭਵਿੱਖ ਹੈ ਭਾਰਤੀ ਜਨਤਾ ਪਾਰਟੀ ਦੇ ਨਾਲ ਹੈ, ਸ਼੍ਰੀ ਨਰਿੰਦਰ ਮੋਦੀ ਜੀ ਦੇ ਨਾਲ ਹੈ। ਤੇ ਅੱਜ ਕਿੰਨਾ ਕੁ ਇਕੱਠ ਹੈ ਜਿਹੜਾ ਅੱਜ ਪੋਲੋ ਗਰਾਊਂਡ ਦੇ ਵਿਚਕਾਰ ਹੋਣ ਜਾ ਰਿਹਾ ਹੈ? ਕਿੱਥੋਂ ਕਿੱਥੋਂ ਦੇ ਲੋਕ ਜਿਹੜੇ ਨੇ ਅੱਜ ਪਟਿਆਲੇ ਪਹੁੰਚੇ ਨੇ? ਜਦੋਂ ਅਸੀਂ ਪੋਲੋ ਗਰਾਊਂਡ ਦਾ ਨਾਮ ਲੈਂਦੇ ਤਾਂ ਉਦੋਂ ਹੀ ਸਮਝ ਆਉਂਦਾ ਕਿ ਲੱਖ ਬੰਦੇ ਤੋਂ ਘੱਟ ਸਰਨਾ ਨਹੀਂ, ਤੇ ਤੁਹਾਡੇ ਸਾਹਮਣੇ ਆ 50,000 ਦੇ ਕਰੀਬ ਜਿਹੜਾ ਬੰਦਾ ਇਸ ਟਾਈਮ ਮੁਰਤਕ ਪਹੁੰਚ ਚੁੱਕਿਆ, ਹਾਲੇ ਬਹੁਤ ਸਮਾਂ ਪਿਆ। ਤੇ ਇੱਕ ਯਾਦਗਾਰੀ ਜਿਹੜਾ ਇਕੱਠ ਅੱਜ ਪਟਿਆਲੇ ਦੇ ਵਿੱਚ ਦੇਖਣ ਨੂੰ ਮਿਲੇਗਾ, ਇਤਿਹਾਸਿਕ ਇਕੱਠ ਜਿਹੜਾ ਹੈਗਾ ਪਟਿਆਲੇ ਹੋ ਰਿਹਾ। ਅੱਜ ਇਸ ਸਮੇਂ ਲਗਭਗ 2 ਵਜੇ 40 ਡਿਗਰੀ ਤੋਂ ਉੱਪਰ ਦਾ ਟੈਂਪਰੇਚਰ ਹੈ, ਤੁਸੀਂ ਦੇਖੋ ਲੋਕ ਕਿਵੇਂ ਖੜੇ ਆ। ਇਸ ਤੋਂ ਲੋਕਾਂ ਦਾ ਉਤਸ਼ਾਹ, ਲੋਕਾਂ ਦਾ ਜਜ਼ਬਾਤ ਤੇ ਲੋਕਾਂ ਦੀ ਜਿਹੜੀ ਭਾਵਨਾ ਸਾਨੂੰ ਸਮਝ ਆਉਂਦੀ ਹੈ ਕਿ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਹਨ ਭਾਰਤੀ ਜਨਤਾ ਪਾਰਟੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਨਾਲ ਖੜੇ ਹਨ ਪੰਜਾਬ ਦੇ ਲੋਕ। ਲੱਗਦਾ ਪਟਿਆਲੇ ਨੂੰ ਲੱਗਦਾ ਕੋਈ ਇਸ ਵਾਰ ਕੋਈ ਤੋਹਫਾ ਮਿਲ ਸਕਦਾ, ਕਿਉਂਕਿ ਆਪ ਪ੍ਰਧਾਨ ਮੰਤਰੀ ਜੀ ਪਹੁੰਚੇ ਨੇ ਪਟਿਆਲੇ ਦੇ ਵਿਚਕਾਰ ਚੋਣ ਪ੍ਰਚਾਰ ਦੇ ਲਈ, ਕੀ ਲੱਗਦਾ ਵੀ ਹੁਣ ਆਉਣ ਵਾਲੇ ਚੋਣਾਂ ਤੋਂ ਬਾਅਦ ਜਦੋਂ ਵੋਟਾਂ ਪੈਣਗੀਆਂ ਪਰਨੀਤ ਕੌਰ ਜੀ ਨੂੰ, ਕੋਈ ਵਧੀਆ ਕੋਈ ਲੱਗਦਾ ਦੇ ਕੇ ਜਾਣਗੇ ਕਿ ਪਟਿਆਲੇ ਨੂੰ ਵਿਕਾਸ ਹੋਵੇ? ਪਟਿਆਲੇ ਦਾ ਬਹੁਤ ਵੱਡਾ ਪ੍ਰੋਜੈਕਟ ਜਿਹੜਾ ਮੇਨ ਘੱਗਰ ਦਾ ਪ੍ਰੋਜੈਕਟ ਹੈ ਜਿਹੜਾ ਪੈਂਡਿੰਗ ਪਿਆ 2023 ਤੋਂ, ਉਹਦੇ ਵਿੱਚ ਅਸੀਂ ਆਸ ਕਰਦੇ ਹਾਂ ਕਿ ਜਲਦੀ ਜਿਹੜਾ ਹੈਗਾ ਸਾਨੂੰ ਉਹ ਪ੍ਰੋਜੈਕਟ ਦੀ ਜਿਹੜੀ ਪੂਰਤੀ ਹੋਏਗੀ। 1404 ਕਰੋੜ ਦਾ ਸੈਂਟਰ ਦੇ ਵਿੱਚ 1 ਅਪ੍ਰੈਲ 2023 ਤੋਂ ਪਿਆ ਜੀ। ਇਹਦੇ ਨਾਲ ਹੀ 597 ਕਰੋੜ ਦਾ ਪ੍ਰੋਜੈਕਟ ਜਿਹੜਾ ਟੈਕਨੀਕਲ ਤੇ ਜਿਹਦੀ ਫਿਜੀਬਿਲਟੀ ਵਗੈਰਾ ਜਿਹੜੀ ਹੈਗੀ ਉਸਦੇ ਵਾਸਤੇ ਸੈਂਟਰ ਗੌਰਮੈਂਟ ਨੇ ਭੇਜਿਆ। ਜਿਹੜਾ ਸਾਡਾ ਫਲਾਈਓਵਰ ਦਾ ਪ੍ਰੋਜੈਕਟ ਹੈ ਜਿਹੜਾ ਬੱਸ ਸਟੈਂਡ ਤੋਂ ਉੱਥੇ ਆਪਣਾ ਚੌਂਕ ਤੋਂ ਉੱਪਰ ਤੋਂ ਬਣ ਕੇ ਜਿਹੜਾ ਸੰਗਰੂਰ ਤੋਂ ਜਿਹੜਾ ਸਾਡਾ ਆਉਂਦਾ ਬਾਈਪਾਸ, ਉਹਦੇ ਨਾਲ ਵਿੱਚ ਮਰਜ ਹੋਣਾ ਤੇ ਉਹਨੇ ਚੌੜੇ ਹੋਣਾ, ਉਹ ਵੀ 597 ਕਰੋੜ ਦਾ ਪ੍ਰੋਜੈਕਟ ਹੈ। ਇਹੋ ਜਿਹੇ ਪ੍ਰੋਜੈਕਟ ਜਿਹੜੇ ਹਨ ਹੁਣ ਉਹ ਭਵਿੱਖ ਦੇ ਵਿੱਚ ਉਹ ਜਿਹੜਾ ਇੰਨੀ ਇੰਨੀ ਦੇਰ ਤੋਂ ਲਟਕੇ ਪਏ ਸੀਗੇ, ਸਾਲਾਂ ਤੋਂ ਕੰਮ ਜਿਹੜੇ ਲਟਕੇ ਪਏ ਸੀਗੇ, ਤੇ ਉਹ ਸਾਰੇ ਪੂਰੇ ਹੋਣਗੇ। ਕੇਂਦਰੀ ਮੰਤਰੀ ਦੀ ਮੰਗ ਕੀਤੀ ਜਾ ਰਹੀ ਪਟਿਆਲਾ ਵਾਸੀਆਂ ਦੇ ਵੱਲੋਂ, ਇਹ ਗੱਲ ਕਹੀ ਜਾ ਰਹੀ ਕਿ ਜੇਕਰ ਪਰਨੀਤ ਕੌਰ ਜਿੱਤਦੇ ਨੇ ਤੇ ਉਹਨਾਂ ਨੂੰ ਕੋਈ ਜਿਹੜਾ ਕੈਬਨਿਟ ਮਿਨਿਸਟਰ ਦੇ ਵਿਚਕਾਰ ਕੇਂਦਰ ਦੇ ਪਦ ਦੇਣਾ ਚਾਹੀਦਾ, ਕੀ ਲੱਗਦਾ ਉਸ ਬਾਰੇ? ਅਸੀਂ ਚਾਹੁੰਦੇ ਹਾਂ ਕਿ ਜੇ ਮਹਾਰਾਣੀ ਪਰਨੀਤ ਕੌਰ ਜੀ ਨੂੰ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ, ਇਹ ਹਰੇਕ ਪਟਿਆਲਵੀ ਦਾ, ਹਰੇਕ ਪੰਜਾਬੀ ਦਾ ਸੁਪਨਾ ਹੈ ਕਿ ਪੰਜਾਬ ਨੂੰ ਵੀ ਜਿਹੜਾ ਮਾਨ ਸਨਮਾਨ ਮਿਲਣਾ ਚਾਹੀਦਾ, ਮਹਾਰਾਣੀ ਸਾਹਿਬ ਨੂੰ ਮਿਲਣਾ ਚਾਹੀਦਾ। ਧੰਨਵਾਦ ਬਹੁਤ ਬਹੁਤ ਸਾਡੇ ਨਾਲ ਸੰਜੀਵ ਬਿੱਟੂ ਜੀ, ਜਿਹੜੇ ਪਟਿਆਲਾ ਤੋਂ ਮੇਅਰ ਨੇ ਉਹ ਮੌਜੂਦ ਸਨ। ਉਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਤੇ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਜੇਕਰ ਮਹਾਰਾਣੀ ਪਰਨੀਤ ਕੌਰ ਪਟਿਆਲਾ ਤੋਂ ਜਿਹੜੀ MP ਦੀ ਟਿਕਟ ਹੈ ਉਸ ਤੇ ਚੋਣ ਲੜਦੇ ਨੇ ਤਾਂ ਜਿੱਤ ਜਾਂਦੇ ਨੇ, ਤੇ ਪਟਿਆਲੇ ਦੇ ਲੋਕਾਂ ਨੂੰ ਕੀ ਕੀ ਖਾਸ ਜੋ ਚੀਜ਼ਾਂ ਨੇ ਉਹ ਪਟਿਆਲੇ ਦੇ ਵਿੱਚ ਮਿਲ ਸਕਦੀਆਂ ਨੇ? BJP ਦੇ ਵੱਲੋਂ ਇਸ ਵਾਰ ਪਟਿਆਲੇ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਪਰਨੀਤ ਕੌਰ ਨੂੰ ਉਤਾਰਿਆ ਗਿਆ, ਜਿਸ ਦੇ ਮੱਦੇਨਜ਼ਰ ਅੱਜ ਚੋਣ ਪ੍ਰਚਾਰ ਦੇ ਲਈ ਖੁਦ PM ਨਰਿੰਦਰ ਮੋਦੀ ਪਟਿਆਲੇ ਪਹੁੰਚ ਰਹੇ ਨੇ ਅਤੇ ਹੋ ਸਕਦਾ ਹੈ ਕਿ ਪਟਿਆਲਾ ਵਾਸੀਆਂ ਨੂੰ ਕੋਈ ਨਵੀਂ ਖੁਸ਼ਖਬਰੀ ਮਿਲ ਸਕਦੀ ਹੈ। ਪਟਿਆਲਾ ਤੋਂ ਮਨਿੰਦਰ ਦੇ ਨਾਲ ਪ੍ਰਭਸਿਮਰਤ ਸਿੰਘ ਦੀ ਰਿਪੋਰਟ, ਦਾ ਅਨਮਿਊਟ।